पर विद्यार्थी सत श्रीकाल स्वागत है ਤੁਹਾਡਾ ਪੰਜਾਬੀ ਦੀ ਕਲਾਸ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਸਾਡੀ 8ਵੀਂ ਜਮਾਤ ਦੇ ਦੀ ਵਿਆਕਰਨ ਦੀ ਪਾਠ ਪੁਸਤਕ ਚਾਨਣ ਦੇ ਵਿੱਚੋਂ ਪਾਠ ਨੰਬਰ 21 ਜਿਸ ਦਾ ਨਾਮ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹ ਜਿਹੜਾ ਪਾਠ ਨੰਬਰ 21 ਹੈ ਉਹ ਅਸੀਂ ਅੱਜ ਪੜਾਂਗੇ ਅੱਜ ਅਸੀਂ ਜਾਣਾਂਗੇ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆ ਜੇ ਸਾਨੂੰ ਜ਼ਰੂਰਤ ਹੈ ਜਿਹੜੀ ਉਹ ਕਿੱਥੇ ਪੈਂਦੀ ਹੈ ਕਿੱਥੇ ਇਸ ਦੀ ਲੋੜ ਹੈ ਜੇ ਇਹਨਾਂ ਦੀ ਮਹੱਤਤਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੈ ਜਿਹੜਾ ਉਸਦੀ ਮਹੱਤਤਾ ਕੀ ਹੈ ਜਾਂ ਇਹ ਕੀ ਹਾਲਾਤ ਕੀ ਹਨ ਜਦੋਂ ਇਹਨਾਂ ਦੀ ਲੋੜ ਜਦੋਂ ਸਾਨੂੰ ਕਿੱਥੇ ਪੈਂਦੀ ਹੈ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਿ ਬਹੁਤੇ ਸ਼ਬਦਾਂ ਦੀ ਜ਼ਰੂਰਤ ਕੀ ਹੈ ਅਤੇ ਇਹਨਾਂ ਦੀ ਮਹੱਤਤਾ ਕੀ ਹੈ ਅੱਜ ਕੱਲ੍ਹ ਪਦਾਰਥਵਾਦੀ ਯੁੱਗ ਹੈ ਹਰ ਇੱਕ ਬੰਦਾ ਜਿਹੜਾ ਉਹ ਘੱਟ ਸੁਣਨਾ ਪਸੰਦ ਕਰਦਾ ਹੈ ਵੱਧ ਸੁਣਨ ਦੀ ਜਿਹੜੀ ਹੈਗੀ ਉਹ ਲੋਕਾਂ ਨੂੰ ਅੱਜ ਕੱਲ੍ਹ ਆਦਤ ਨਹੀਂ ਹੈਗੀ ਜਾਂ ਬੋਰੀਅਤ ਮਹਿਸੂਸ ਕਰਦੇ ਨੇ ਅੱਜ ਕੱਲ੍ਹ ਜਿਹੜੇ ਲੋਕ ਨੇ ਉਹ ਬੈਠੇ ਜਦੋਂ ਕਿਸੇ ਦਾ ਕਿਸੇ ਨੂੰ ਸੁਣਨਾ ਪੈਂਦਾ ਤਾਂ ਉਹ ਬੋਰ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਹੈ ਨਾ ਤਾਂ ਇਸ ਤਰ੍ਹਾਂ ਅੱਜ ਕੱਲ੍ਹ ਸੰਖੇਪ ਬੋਲਣ ਦਾ ਜਿਹੜਾ ਦੌਰ ਆ ਉਹ ਚੱਲ ਪਿਆ ਥੋੜ੍ਹਾ ਬੋਲਣਾ ਸੰਖੇਪ ਬੋਲਣਾ ਭਾਵ ਥੋੜ੍ਹਾ ਬੋਲਣ ਦਾ ਜਿਹੜਾ ਦੌਰ ਆ ਉਹ ਚੱਲ ਪਿਆ ਇਸ ਤਰ੍ਹਾਂ ਜਿਹੜਾ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੈ ਉਹ ਸਾਨੂੰ ਉਦੋਂ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਜਦੋਂ ਅਸੀਂ ਥੋੜ੍ਹਾ ਬੋਲਣਾ ਹੋਵੇ ਸੰਖੇਪ ਬੋਲਣਾ ਹੋਵੇ ਅਸੀਂ ਇੱਕ ਹੋਰ ਹੈ ਜਿਹੜਾ ਟੋਪਿਕ ਹੈ ਨਾਲ ਦੀ ਨਾਲ ਸੰਖੇਪ ਰਚਨਾ ਕਰਨੀ ਸਾਨੂੰ ਪੰਜਾਬੀ 'ਚ ਆਉਂਦੀ ਹੁੰਦੀ ਹੈ ਸੰਖੇਪ ਰਚਨਾ ਕਰਨੀ ਜਿਹਨੂੰ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਹਨੂੰ ਪ੍ਰੈਸ ਹੀ ਕਹਿੰਦੇ ਨੇ ਉਸਨੂੰ ਇੰਗਲਿਸ਼ ਦੇ ਵਿੱਚ ਪ੍ਰੈਸ ਹੀ ਕਹਿੰਦੇ ਸੰਖੇਪ ਦਾ ਮਤਲਬ ਹੁੰਦਾ ਥੋੜ੍ਹਾ ਕਰਨਾ ਘੱਟ ਕਰਨਾ ਠੀਕ ਹੈ ਜਦੋਂ ਅਸੀਂ ਲੰਬੀ ਗੱਲਬਾਤ ਨੂੰ ਬਿਲਕੁਲ ਥੋੜ੍ਹੇ ਸ਼ਬਦਾਂ ਦੇ ਵਿੱਚ ਕਹਿ ਦਿੰਦੇ ਹਾਂ ਉਸਨੂੰ ਕਹਿੰਦੇ ਨੇ ਸੰਖੇਪ ਰਚਨਾ ਕਰਨੀ ਜਿਵੇਂ ਕਿ ਪੰਜਾਬੀ ਦੇ ਵਿੱਚ ਮੁਹਾਵਰਾ ਹੈ ਮਤਲਬ ਕਿਹਾ ਜਾਂਦਾ ਕਿ ਕਥਨ ਹੈ ਕਿ ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨਾ ਬਹੁਤ ਹੀ ਜ਼ਿਆਦਾ ਮਤਲਬ ਵਿਸ਼ਾਲ ਗੱਲ ਨੂੰ ਥੋੜ੍ਹੀ ਸ਼ਬਦਾਂ ਦੇ ਵਿੱਚ ਕਹਿ ਦੇਣਾ ਉਹ ਵੀ ਓਨੀ ਪ੍ਰਭਾਵਸ਼ਾਲੀ ਕਹਿਣੀ ਠੀਕ ਹੈ ਓਨੀ ਹੀ ਪ੍ਰਭਾਵਸ਼ਾਲੀ ਕਹਿਣੀ ਉਹਨੂੰ ਕਹਿੰਦੇ ਨੇ ਸੰਖੇਪ ਰਚਨਾ ਜਾਂ ਇੰਗਲਿਸ਼ ਦੇ ਵਿੱਚ ਉਹਨੂੰ ਕਹਿੰਦੇ ਨੇ ਪ੍ਰੈਸੀ ਹੈ ਨਾ ਅਤੇ ਆਪਾਂ ਉਸ ਗੱਲਬਾਤ ਕਰਦੇ ਹੁਣ ਇਸ ਜਦੋਂ ਪ੍ਰੈਸੀ ਹੈ ਜਾਂ ਸੰਖੇਪ ਰਚਨਾ ਕਰਨੀ ਹੈ ਉਦੋਂ ਸਾਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਜ਼ਰੂਰਤ ਪੈਂਦੀ ਹੈ ਹੁਣ ਆਪਾਂ ਇੱਕ ਮੈਂ ਲਿਖੀ ਹੋਈ ਹੈ ਜਿਹੜੀ ਐਗਜ਼ਾਮਪਲ ਤੁਹਾਨੂੰ ਦੱਸਦੇ ਹਾਂ ਮੈਂ ਇੱਕ ਲਾਈਨ ਲਿਖੀ ਹੈ ਕਿ ਇੱਕ ਵਾਰ ਰਾਮੂ ਨਾਂ ਦਾ ਬੰਦਾ ਜੋ ਖੇਤੀਬਾੜੀ ਕਰਦਾ ਸੀ ਉਹ ਆਪਣੇ ਖੇਤਾਂ ਵਿੱਚ ਬਹੁਤ ਕੰਮ ਕਰਦਾ ਸੀ ਹੁਣ ਮੰਨ ਲਓ ਕਿਸੇ ਨੇ ਕੋਈ ਕਹਾਣੀ ਸੁਣਾਉਣੀ ਹੈ ਮੰਨ ਲਓ ਮੈਂ ਕਹਾਣੀ ਸੁਣਾਉਂਦਾ ਸੀ ਹੈ ਨਾ ਜਾਂ ਮੈਂ ਲਿਖ ਰਿਹਾ ਕਹਾਣੀ ਮੈਂ ਲਿਖਦਾ ਸੀ ਕਿ ਇੱਕ ਵਾਰ ਰਾਮੂ ਨਾਂ ਦਾ ਬੰਦਾ ਜੋ ਖੇਤੀਬਾੜੀ ਕਰਦਾ ਸੀ ਉਹ ਆਪਣੇ ਖੇਤਾਂ ਵਿੱਚ ਬਹੁਤ ਕੰਮ ਕਰਦਾ ਸੀ ਐਡੀ ਵੱਡੀ ਜਿਹੜੀ ਲਾਈਨ ਮੈਂ ਲਿਖ ਲਈ ਹੈ ਨਾ ਇਸ ਨੂੰ ਆਪਾਂ ਸੰਖੇਪ ਕਰਨਾ ਇਸ ਨੂੰ ਸੰਖੇਪ ਕਰਨ ਦੇ ਲਈ ਸਾਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਲੋੜ ਪਊਗੀ ਮੰਨ ਲਓ ਮੈਂ ਲਿਖਦੀ ਹੈ ਇਸ ਦੀ ਥਾਂ 'ਤੇ ਇਸ ਦੋਵੇਂ ਲਾਈਨਾਂ ਦੀ ਥਾਂ 'ਤੇ ਮੈਂ ਇੱਕ ਲਾਈਨ ਲਿਖ ਸਕਦਾ ਕਿਹੜੀ ਇੱਕ ਵਾਰ ਰਾਮੂ ਨਾਂ ਦਾ ਮਿਹਨਤੀ ਕਿਸਾਨ ਸੀ ਇੱਕ ਵਾਰ ਰਾਮੂ ਨਾਂ ਦਾ ਮਿਹਨਤੀ ਕਿਸਾਨ ਸੀ ਜੋ ਬੰਦਾ ਖੇਤੀਬਾੜੀ ਕਰਦਾ ਉਹਨੂੰ ਆਪਾਂ ਕੀ ਕਹਾਂਗੇ ਜੋ ਬੰਦਾ ਖੇਤੀ ਕਰਦਾ ਹੈ ਉਸਨੂੰ ਕਹਾਂਗੇ ਕਿਸਾਨ ਠੀਕ ਹੈ ਜੋ ਬਹੁਤ ਜ਼ਿਆਦਾ ਕੰਮ ਕਰਦਾ ਉਹ ਕੌਣ ਹੁੰਦਾ ਮਿਹਨਤੀ ਠੀਕ ਹੈ ਜੋ ਬਹੁਤ ਜ਼ਿਆਦਾ ਕੰਮ ਕਰਦਾ ਉਹ ਕੌਣ ਹੁੰਦਾ ਮਿਹਨਤੀ ਇਸ ਤਰ੍ਹਾਂ ਇੰਨੀ ਜ਼ਿਆਦਾ ਵੱਡੀ ਲਾਈਨਾਂ ਦੋ ਲਾਈਨਾਂ ਲਿਖਣ ਦੇ ਨਾਲ ਸਾਨੂੰ ਇੱਕ ਲਾਈਨ ਲਿਖਣ ਦੇ ਵਿੱਚ ਫਾਇਦਾ ਹੈ ਤਾਂ ਕਿ ਸਾਡੀ ਜਿਹੜੀ ਗੱਲ ਹੈ ਉਹ ਪ੍ਰਭਾਵਸ਼ਾਲੀ ਵੀ ਬਣੇ ਇਹ ਇਸ ਦੇ ਵਿੱਚ ਨਿਰਸ਼ਟਾ ਹੈ ਇਹ ਜਿਹੜੀ ਗੱਲ ਕਹੀ ਜਾ ਲਿਖੀ ਹੈ ਮੈਂ ਦੋ ਲਾਈਨਾਂ ਲਿਖੀਆਂ ਨੇ ਇਹ ਲੰਬਾਈ ਜ਼ਿਆਦਾ ਇਹਦੇ 'ਚ ਲੈਂਥ ਵੱਧ ਹੈ ਇਹਦੀ ਹੈ ਨਾ ਅਤੇ ਨਿਰਸ਼ਟਾ ਵੀ ਹੈ ਗੱਲ ਮਤਲਬ ਆਮ ਸ਼ਬਦਾਂ 'ਚ ਕਹਿ ਦੀ ਇੱਥੇ ਜਿਹੜੀ ਹੈ ਗੱਲ ਉਹ ਪ੍ਰਭਾਵਸ਼ਾਲੀ ਬਣਦੀ ਕਿ ਇੱਕ ਵਾਰ ਰਾਮੂ ਨਾਂ ਦਾ ਮਿਹਨਤੀ ਕਿਸਾਨ ਸੀ ਠੀਕ ਹੈ ਇਸ ਤਰ੍ਹਾਂ ਵਿੱਚ ਜਿਹੜੀ ਹੈ ਸਾਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਜਿਹੜੀ ਆ ਜ਼ਰੂਰਤ ਪੈਂਦੀ ਹੈ ਪੰਜਾਬੀ 'ਚ ਹੁਣ ਆਪਾਂ ਇੱਕ ਦੋ ਸ਼ਬਦ ਨੇ ਜਿਹੜੇ ਬਹੁਤੇ ਸ਼ਬਦਾਂ ਦਾ ਥਾਂ ਇੱਕ ਸ਼ਬਦ ਉਹ ਪੜਾਂਗੇ ਉਹ ਮੈਂ ਤੁਹਾਨੂੰ ਆਪਾਂ ਥੋੜ੍ਹੀ ਜਿਹੀ ਆਪਣੀ ਬੁੱਕ ਦੇ ਉੱਤੋਂ ਪੜ੍ਹ ਲੈਣੇ ਨੇ ਇੱਕ ਦੋ ਮੈਂ ਜਿਹੜੇ ਅਸੀਂ ਗੱਲਬਾਤ ਕਰਾਂਗੇ ਇੱਕ ਦੋ ਬਾਰੇ ਖਤਮ ਜਿਵੇਂ ਮੈਂ ਲਿਖਿਆ ਕਿ ਜੋ ਵਿਅਕਤੀ ਰੱਬ ਨੂੰ ਨਹੀਂ ਮੰਨਦਾ ਜੋ ਵਿਅਕਤੀ ਰੱਬ ਨੂੰ ਨਹੀਂ ਮੰਨਦਾ ਉਹਨੂੰ ਅਸੀਂ ਕੀ ਕਹਿੰਦੇ ਹਾਂ ਨਾਸਤਕ ਜੋ ਵਿਅਕਤੀ ਰੱਬ ਨੂੰ ਨਹੀਂ ਮੰਨਦਾ ਉਹਨੂੰ ਅਸੀਂ ਨਾਸਤਕ ਕਹਿੰਦੇ ਹਾਂ ਇੱਥੋਂ ਦੇਖੋ ਕਿੰਨੇ ਇੱਕ ਦੋ ਤਿੰਨ ਚਾਰ ਪੰਜ ਛੇ ਛੇ ਸ਼ਬਦਾਂ ਦੀ ਥਾਂ 'ਤੇ ਆਪਾਂ ਨੇ ਇੱਕੋ ਸ਼ਬਦ ਵਰਤਿਆ ਨਾਸਤਕ ਠੀਕ ਹੈ ਅਤੇ ਉਸ ਤੋਂ ਬਾਅਦ ਅਗਲਾ ਗਾ ਜੋ ਵਿਅਕਤੀ ਰੱਬ ਨੂੰ ਮੰਨਦਾ ਹੈ ਜੋ ਵਿਅਕਤੀ ਰੱਬ ਨੂੰ ਮੰਨਦਾ ਹੈ ਉਹਨੂੰ ਕੀ ਕਹਿੰਦੇ ਹਾਂ ਆਸਤਕ ਆਪਣੇ ਜੀਵਨ ਦਾ ਹਾਲ ਲਿਖਣਾ ਉਹਨੂੰ ਕੀ ਕਹਿੰਦੇ ਉਸਨੂੰ ਕੀ ਕਹਿੰਦੇ ਹਨ ਸਵੈ ਜੀਵਨੀ ਆਪਣੇ ਜੀਵਨ ਦਾ ਹਾਲ ਲਿਖਣਾ ਲਿਖਣਾ ਮਤਲਬ ਆਪਣੇ ਜੀਵਨ ਬਾਰੇ ਲਿਖਣਾ ਜਿਵੇਂ ਇੰਗਲਿਸ਼ ਦੇ ਵਿੱਚ ਸਵੈ ਜੀਵਨੀ ਨੂੰ ਆਟੋਬਾਇਓਗ੍ਰਾਫੀ ਕਹਿ ਦਿੰਦੇ ਨੇ ਹੈ ਨਾ ਠੀਕ ਹੈ ਉਸ ਤੋਂ ਅਗਲਾ ਹੈ ਕੰਮ ਤੋਂ ਜੀ ਚੁਰਾਉਣਾ ਕੰਮ ਤੋਂ ਜੀ ਚੁਰਾਉਣ ਵਾਲਾ
काम तो जी चुराउण वाला, उन्होंने असं काम चोर कह देना है। इस तरह मुत जिहड़े ने बहुते शब्दों की थान एक शब्द ने जो पढ़ते हैं तुहाडी बुक के उत्ते पाठ नंबर 21 हैगा जिहड़ा पेज नंबर 131 के उत्ते। ठीक है, होर भी बहुत सारे ने जिवें एक दो होर पढ़ लैने आ, इसनूं जित्या ना जा सके, जित जो दिल दीआं जाणदा होवे उसनूं अंतरजामी कह दिंदे ने, जो कदे भी ना थके अंतक, जो कदे ना मर सके उसनूं अमर कहिंदे ने। ठीक है, इस तरह बहुत सारे जिहड़े बहुते शब्दां दी थां इक शब्द तुहाडी बुक दे उत्ते दित्ते होए ने जिहड़े तुसीं पुत अपने आप पढ़ने ने ते याद करने ने। इन्हां दी आम जीवन दे विच बड़ी महत्ता है, जदों तुसीं कोई बंदा लैक्चर दिंदा, कोई भाषण देना देना किसी बंदे ने ना, तो उसकी गलबात है जो प्रभावशाली होंगी, जो सामने वाले बंदे ने जो वो सुन, तो जो तुम बोलते जो कोई बंदा बुलारा जो बोलता तो मुंह फुल करने चाहिए ने, ताकि सामने वाले जोड़े ने वो बोरियत महसूस ना कर। इस करके सू बहुते शब्दों की थान एक शब्दों की जरूरत पैंती है। साड़ी शैली है जी बोलन का जो ढंग मुहावरेदार है, बहुते शब्दों की थान एक शब्द ये चीज़ा जरतनिया साढ़े अपनी भाषा भाषण के बहुत जरूरी ने। इस तरह बेटा तुम अपनी पाठ पुस्तक चानण का जोड़ा पाठ नंबर 21 है बहुत ही शब्द इतना एक शब्द पढ़ लेना है तो याद करना है। मिलते हैं तो अगली वीडियो के बहुत बहुत धन्यवाद।